संभू बॉर्डर पर किसानों के साथ हुई गुंडागर्दी के खिलाफ बटाला में किसानों ने खट्टर और केंद्र सरकार के खिलाफ प्रदर्शन किया। दिल्ली के लिए निकले किसानों के काफिले को संभू बॉर्डर पर खट्टर सरकार की दबंगई का सामना करना पड़ा। किसानों पर आंसू गैस के गोले दागे गए और रबर की गोलियां चलाई गईं। बटाला के फुआरा चौक पर क्रांतिकारियों ने इस गुंडागर्दी के खिलाफ प्रदर्शन किया। इस मौके पर किसान यूनियन ने खट्टर और केंद्र सरकार के खिलाफ विरोध प्रदर्शन किया। किसान नेताओं ने कहा कि इन सरकारी दबंगों के खिलाफ एकजुट होकर लंबा संघर्ष किया जाएगा, रेल और सड़क यातायात रोका जाएगा और पूरी दिल्ली को बंद किया जाएगा। इन सरकारी गुंडों से घिरे रहो, सरकारों के खिलाफ आवाज उठाकर नाक में दम कर दिया जाएगा, इनको हमारी मांगे माननी ही पड़ेगी। BS लाइव न्यूज गुरदासपुर से रिपोर्टर दमन बाजवा की विशेष रिपोर्ट। आप देख रहे हैं BS लाइव न्यूज चैनल। चैनल को लाइक शेयर और सब्सक्राइब करना न भूलें। धन्यवाद। ਅੱਜ ਪੁਤਲਾ ਮੋਦੀ ਸਰਕਾਰ ਦਾ ਅਤੇ ਖੱਟੜ ਸਰਕਾਰ ਦਾ ਫੂਕਿਆ, ਕਿਉਂਕਿ ਐਟ ਏ ਟਾਈਮ ਜਿਹੜੀ ਖੱਟੜ ਸਰਕਾਰ ਨੇ ਉੱਥੇ ਬਾਰਡਰਾਂ 'ਤੇ ਗਏ ਹੋਏ ਸ਼ਾਂਤਮਈ ਪ੍ਰਦਰਸ਼ਨ ਕਰਦੇ ਆ ਕਿਸਾਨਾਂ ਦੇ ਉੱਤੇ, ਗੋਲੀਆਂ ਚਲਾਈਆਂ, ਅੱਥਰੂ ਗੈਸ ਦੇ ਗੋਲੇ ਚਲਾਏ, ਡਰੋਨਾਂ ਰਾਹੀਂ ਗੋਲੇ ਸੁੱਟੇ, ਲਾਠੀਚਾਰਜ ਕੀਤਾ, ਉਹਦੇ ਖਿਲਾਫ਼ ਅੱਜ ਹੀ ਸਾਡੀ ਮੀਟਿੰਗ ਉੱਪਰ ਹੋ ਕੇ ਅਤੇ ਫੈਸਲਾ ਹੋਇਆ ਸੀ। ਐਟ ਏ ਟਾਈਮ ਮੀਟਿੰਗ ਕਰ ਰਹੇ ਸੀ ਅਤੇ ਸਾਨੂੰ ਇਹ ਯਕਦਮ ਐਕਸ਼ਨ ਲੈਣਾ ਪੈ ਗਿਆ। 16 ਨੂੰ ਭਾਰਤ ਬੰਦ ਦੀ ਕਾਲ ਆ, ਦੇਸ਼ ਦੀਆਂ ਪੂਰੀਆਂ ਟਰੇਡ ਯੂਨੀਅਨਾਂ, ਕਿਸਾਨ ਜਥੇਬੰਦੀਆਂ, ਮਜ਼ਦੂਰ, ਮੁਲਾਜ਼ਮ, ਟਰਾਂਸਪੋਰਟਰ, ਰੇਲਵੇ, ਉਹਨਾਂ ਦੇ ਸੱਦੇ ਦੇ ਮੁਤਾਬਕ, 500 ਜਥੇਬੰਦੀ ਦੇ ਸੱਦੇ ਮੁਤਾਬਕ 16 ਨੂੰ ਭਾਰਤ ਬੰਦ ਕਰਨਾ ਆ। ਜਿਹੜਾ ਇਹਨਾਂ ਨੇ ਸਾਡੀਆਂ ਦੋ ਤਿੰਨ ਜਥੇਬੰਦੀਆਂ ਦੇ ਉੱਤੇ ਤਸ਼ੱਦਦ ਕੀਤਾ ਆ, ਉਹਦੇ ਸੰਬੰਧ ਵਿੱਚ ਅੱਜ ਵੀ ਸੰਯੁਕਤ ਮੋਰਚੇ ਦੀ ਮੀਟਿੰਗ ਚੱਲ ਰਹੀ ਆ। ਸਾਨੂੰ ਸ਼ਾਮ ਨੂੰ ਉਦੇਸ਼ ਆ ਜਾਣ, ਕੱਲ੍ਹ ਨੂੰ ਉਦੇਸ਼ ਆ ਜਾਣ, 16 ਦੇ ਭਾਰਤ ਬੰਦ ਤੋਂ ਬਾਅਦ ਸਾਡੀ ਫੁੱਲ ਤਿਆਰੀ ਆ। ਅਸੀਂ ਟਰੈਕਟਰਾਂ 'ਤੇ ਤਰਪਾਲਾਂ ਕੱਸ ਕੇ ਸਾਰੀ ਤਿਆਰੀ ਕਰ ਲਈ ਆ। ਇਹ ਨਹੀਂ ਕਿ ਸਾਡੇ ਉਹਨਾਂ ਕਿਸਾਨਾਂ 'ਤੇ ਤਸ਼ੱਦਦ ਕਰਨਗੇ। ਇਸ ਵੇਲੇ
ਜਦੋਂ ਸੰਯੁਕਤ ਮੋਰਚੇ ਦਾ ਫੈਸਲਾ ਉੱਤੋਂ ਆ ਜਾਂਦਾ ਅੱਜ ਦੀ ਮੀਟਿੰਗ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚੋਂ ਚਾਰ ਫੇਰੇ ਤੋਂ ਚੱਲ ਕੇ ਅਤੇ ਇੱਕ ਦਿੱਲੀ ਨੂੰ ਘੇਰਾ ਪਾਵਾਂਗੇ। ਜੇ ਹੋਰ ਕੋਈ ਐਕਸ਼ਨ ਵੀ ਮੋਰਚੇ ਦਾ ਆ ਜਾਂਦਾ, ਹੋ ਸਕਦਾ ਆ ਜਾਂਦਾ ਵੀ ਜਿੰਨੇ ਵੀ ਜੇ ਉਹ ਅਗਾਂਹ ਨਹੀਂ ਲੰਘਣ ਦਿੰਦੇ ਤਾਂ ਐਕਸ਼ਨ ਆ ਸਕਦਾ ਕਿ ਇਹਨਾਂ ਦੇ ਜਿੰਨੇ ਵੀ ਭਾਜਪਾ ਦੇ ਮੰਤਰੀ ਨੇ ਜਿੱਥੇ ਜਿੱਥੇ ਹੈਗੇ ਨੇ ਉਹਨਾਂ ਦੇ ਘਰਾਂ ਦੇ ਘਰਾਓ ਕਰਕੇ ਨੱਕ 'ਚ ਦਮ ਕਰ ਦਿਆਂਗੇ। ਕਿਉਂਕਿ ਅਸੀਂ ਅੱਗੇ 13 ਮਹੀਨੇ ਦੇ ਸੰਘਰਸ਼ ਵਿੱਚ ਵੇਖਿਆ ਆ ਕਿ ਕਿੱਦਾਂ ਹਾਂ ਇਹਨਾਂ ਨੂੰ ਮਨਾਉਣਾ ਆ। ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਜਿਹੜਾ ਸਮੁੱਚੇ ਭਾਰਤ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰ ਰਿਹਾ ਅਤੇ ਗੁੰਡਾਗਰਦੀ ਕਰ ਰਿਹਾ, ਇਹਨੂੰ ਬਰਦਾਸ਼ਤ ਨਹੀਂ ਕਰਾਂਗੇ। ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ, ਮੈਂ ਜ਼ਿਲ੍ਹਾ ਪ੍ਰਧਾਨ ਹਾਂ, ਅੱਜ ਅਸੀਂ ਭਾਰਤ ਸਰਕਾਰ ਦਾ ਅਤੇ ਖੱਟਰ ਸਰਕਾਰ ਦਾ ਦੋਵਾਂ ਦਾ ਪੁਤਲਾ ਫੂਕਿਆ ਹੈ। ਜਿਹੜੀ ਇਹ ਤਸ਼ੱਦਦ ਕਰ ਰਹੇ ਨੇ ਕਿਸਾਨਾਂ 'ਤੇ, ਉਹਨਾਂ ਦਾ ਆਪਣਾ ਅੰਦੋਲਨ ਕਰਨ ਦਾ ਹੱਕ ਹੀ ਖਤਮ ਕਰ ਰਹੇ ਨੇ। ਇੱਕ ਰਸਤੇ ਦੇ ਵਿੱਚੋਂ ਲੰਘ ਕੇ ਜਾਣਾ, ਅੰਦੋਲਨ ਕਰਨਾ ਹੈ, ਰਸਤਿਆਂ 'ਤੇ ਅਸੀਂ ਹੁਣ ਚੱਲ ਵੀ ਨਹੀਂ ਸਕਦੇ, ਇੰਨੀ ਮਾੜੀ ਹਾਲਾਤ ਕਰ ਰਹੇ ਨੇ। ਉਹਨਾਂ ਨੂੰ ਦੱਸਣ ਲਈ ਕਿ ਅਸੀਂ ਸਾਰੇ ਆਪਣੇ ਭਰਾਵਾਂ ਦੇ ਨਾਲ ਹਾਂ ਜਿਹੜੇ ਉੱਥੇ ਖੜ੍ਹੇ ਆ, ਜਿੱਦਣ ਆਵਾਜ਼ ਮਾਰਨਗੇ ਇੱਕ ਮਿੰਟ 'ਚ ਉੱਥੇ ਪਹੁੰਚ ਜਾਵਾਂਗੇ। ਇੱਕ ਇੱਥੋਂ 2 ਘੰਟੇ ਲੱਗਣੇ, 2 ਘੰਟੇ 'ਚ ਅਸੀਂ ਉੱਥੇ ਪਹੁੰਚ ਜਾਵਾਂਗੇ। ਫਿਰ ਇਹਨਾਂ ਦੀ ਜਿਹੜੀ ਪੁਲਿਸ ਆ, ਇਹਨਾਂ ਦੀ ਮਿਲਟਰੀ, ਉਹਨੂੰ ਹਥਿਆਰ ਸੁੱਟਣੇ ਪੈਣਗੇ ਜਿੱਦਣ ਪੰਜਾਬ ਤੁਰ ਪਿਆ। ਅਤੇ 16 ਤਰੀਕ ਤੋਂ ਬਾਅਦ ਬਹੁਤ ਉਮੀਦ ਹੈ ਕਿ ਕਾਲ ਆ ਜਾਏਗੀ ਅਤੇ ਆਪਾਂ ਸਾਰੇ ਉੱਧਰ ਨੂੰ ਚੱਲਾਂਗੇ ਅਤੇ ਇਹਨਾਂ ਦੇ ਹਥਿਆਰ ਸਟਾ ਦਾਂਗੇ ਇੱਕ ਵਾਰ ਅਸੀਂ। ਨਾ ਆਪਾਂ ਤਾਂ ਆਪਣੀ ਜ਼ਿੰਦਗੀ 'ਚ ਇਹੋ ਜਿਹੇ ਹਾਲਾਤ ਨਹੀਂ ਵੇਖੇ ਆ, ਹੁਣ ਹੀ ਦੇਖ ਰਹੇ ਹਾਂ ਐਡੇ ਮਾੜੇ ਹਾਲਾਤ। ਉਦੋਂ ਜਦੋਂ ਛੋਟੇ ਹੁੰਦੇ ਹਾਂ, ਖਾੜਕੂਵਾਦ ਵੇਲੇ ਕੁਛ ਇੱਦਾਂ ਦੇ ਹਾਲਾਤ ਹੋਏ ਸੀ, ਉਸ ਤੋਂ ਬਾਅਦ ਆ ਹੁਣ ਇਹ ਹਾਲਾਤ ਆਪਾਂ ਵੇਖਣ ਡੇ ਕਿ ਐਡੇ ਮਾੜੇ ਹਾਲਾਤ। ਸਰਕਾਰਾਂ ਜਿਨ੍ਹਾਂ ਕੋਲ ਵੋਟ ਲੈ ਕੇ ਜਿੱਤਦੀਆਂ ਨੇ, ਜਿਨ੍ਹਾਂ ਦੇ ਭਲੇ ਦੀ ਗੱਲ ਕਰਦੀਆਂ ਨੇ, ਹਮੇਸ਼ਾ ਇਹੋ ਹੀ ਗੱਲ ਕਰਦੇ ਨੇ ਕਿ ਤੁਹਾਡਾ ਅਸੀਂ ਭਲਾ ਕਰਾਂਗੇ, ਸਕੂਲ ਕਾਲਜ ਸਾਰਾ ਕੁਝ, ਉਸ ਤੋਂ ਬਾਅਦ ਵੋਟਾਂ ਲੈ ਕੇ ਬਣ ਕੇ ਵੱਡੇ ਬਦਮਾਸ਼ ਬਣ ਜਾਂਦੇ ਨੇ, ਫਿਰ ਡੰਡਾ ਲੈ ਕੇ, ਹੁਣ ਤਾਂ ਗੋਲੀਆਂ ਚਲਾਉਣ ਡੈ ਪਏ ਨੇ, ਉੱਥੇ ਪੱਕੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਸਾਡੇ ਬੰਦਿਆਂ 'ਤੇ। ਇਹ ਕੰਮ ਅਸੀਂ ਨਹੀਂ ਹੋਣ ਦਿਆਂਗੇ। ਸਰ, ਕਾਂਗਰਸ ਪਾਰਟੀ ਤੁਹਾਡੀ ਹੈ? ਕੋਈ ਪਾਰਟੀ ਜਿਹੜੀ ਆ ਹਮਾਇਤ 'ਤੇ ਕਿਸੇ ਦੇ ਵੀ ਆ ਸਕਦੀ, ਆਪਾਂ ਨੂੰ ਰੋਕ ਨਹੀਂ ਸਕਦੇ। ਸਾਡੀ ਹਮਾਇਤ 'ਤੇ ਕੋਈ ਪਾਰਟੀ ਨਹੀਂ ਹੈ, ਸਾਡੀ ਹਮਾਇਤ 'ਤੇ ਕਿਸਾਨ, ਮਜ਼ਦੂਰ, ਮੁਲਾਜ਼ਮ, ਲੋਕ ਆ, ਉਹਨਾਂ ਨੂੰ ਆਉਣਾ ਹੀ ਪੈਂਦਾ ਵਾ, ਹਮਾਇਤ ਦੇਣੀ ਪੈਂਦੀ। ਉਹ ਕਰਨਗੇ, ਉਹ ਆਪਣੀਆਂ ਵੋਟਾਂ ਕਰਕੇ ਦਿੰਦੇ ਨੇ, ਬਾਕੀ ਉਹ ਕੇਸ ਸਾਡੇ ਸਟੇਜ 'ਤੇ ਨਹੀਂ ਬੋਲ ਸਕਦੇ, ਕੁਛ ਨਹੀਂ ਕਰ ਸਕਦੇ। ਉਹ ਹਮਾਇਤ ਦੇ ਦੇਣ, ਪਰ ਸਾਡੀ ਹਮਾਇਤ ਕਦੀ ਵੀ ਨਹੀਂ ਕਿਸੇ ਪਾਰਟੀ ਨੂੰ ਆਊਗੀ।